ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। 50,000 ਸ਼ੂ ਟੂ ਗਿਵ ਮੁਹਿੰਮ ਦੇ ਦੌਰਾਨ ਕਿ ਅਸੀਂ ਇੱਕ ਮੁਹਿੰਮ ਚਲਾਈ ਹੈ ਪੰਜਾਬ ਦੇ ਵਿੱਚ, ਜਿਹਦੇ ਵਿੱਚ ਅਸੀਂ 50,000 ਬੱਚਿਆਂ ਨੂੰ ਸ਼ੂਜ਼ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਕੋਲ ਸ਼ੂਜ਼ ਜਿਹੜੇ ਆ ਉਹ ਨਹੀਂ ਹੁੰਦੇ। ਅਤੇ ਅੱਜ ਉਸੇ ਲੜੀ ਦੌਰਾਨ, 50,000 ਸ਼ੂਜ਼ ਦੀ ਮੁਹਿੰਮ ਦੇ ਦੌਰਾਨ, ਅਸੀਂ ਵਿੱਚ ਦੁਨੀਆ ਸੇਵ ਕਮਾਈਏ ਲੁਧਿਆਣਾ ਵਿਖੇ, ਜੋ ਸਲੰਮ ਏਰੀਆ ਦੇ ਵਿੱਚ ਇੱਕ ਸੁਸਾਇਟੀ ਚੱਲਦੀ ਆ, ਉਹਨਾਂ ਦੀਆਂ ਕਲਾਸਿਸ ਚੱਲਦੀਆਂ ਨੇ ਹਰਪ੍ਰੀਤ ਕੌਰ ਪ੍ਰੀਤ ਜੀ ਵੱਲੋਂ, ਅਤੇ ਉੱਥੇ ਅਸੀਂ ਅੱਜ ਸ਼ੂਜ਼ ਜਿਹੜੇ ਬੱਚਿਆਂ ਨੂੰ ਪ੍ਰੋਵਾਈਡ ਕਰਨ ਆਏ ਹਾਂ। ਅਤੇ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਪਿਛਲੇ ਸਾਲ ਡਿਸੰਬਰ ਦੇ ਵਿੱਚ ਇੱਕ ਈਵੈਂਟ ਦੇ ਦੌਰਾਨ ਅਸੀਂ ਵਿੱਚ ਦੁਨੀਆ ਸੇਵ ਕਮਾਈਏ ਨੂੰ ਪ੍ਰੋਮਿਸ ਕੀਤਾ ਸੀ ਕਿ ਜਿੰਨੇ ਵੀ ਬੱਚੇ ਇਸ ਸਾਲ ਦੇ ਵਿੱਚ 2019 'ਚ ਸਲੰਮ ਏਰੀਆ ਦੇ ਵਿੱਚ ਉਹਨਾਂ ਕੋਲ ਪੜ੍ਹਨ ਆਉਣਗੇ, ਸਾਰਿਆਂ ਨੂੰ ਹੀ ਜਿਹੜੇ ਆ ਉਹ ਸਮਾਈਲ ਸਕੇਅਰ ਵੱਲੋਂ ਸ਼ੂਜ਼ ਦਿੱਤੇ ਜਾਣਗੇ। ਸੋ ਸਾਡੀ ਕੋਸ਼ਿਸ਼ ਰਹੇਗੀ ਕਿ ਪੂਰਾ ਸਾਲ ਹੀ ਜਿਹੜੇ ਜਿਹੜੇ ਵੀ ਬੱਚਿਆਂ ਦੀ ਲਿਸਟ ਇਹ ਹਰ ਮਹੀਨੇ ਸਾਨੂੰ ਦਿੰਦੇ ਜਾਣਗੇ, ਅਸੀਂ ਉਹਨਾਂ ਦੇ ਸ਼ੂਜ਼ ਜਿਹੜੇ ਆ ਉਹਨਾਂ ਨੂੰ ਪ੍ਰੋਵਾਈਡ ਕਰੀਏ, ਤਾਂ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਝੁਕਾਅ ਹੋਵੇ ਅਤੇ ਉਹਨਾਂ ਨੂੰ ਲੱਗੇ ਕਿ ਹਾਂ ਅਸੀਂ ਇੱਕ ਸਕੂਲ 'ਚ ਜਾ ਰਹੇ ਹਾਂ, ਕਲਾਸ 'ਚ ਜਾ ਰਹੇ ਹਾਂ, ਅਤੇ ਬੱਚਿਆਂ ਦਾ ਮਨ ਕਰੇ ਕਿ ਉਹ ਆਉਣ ਇੱਥੇ। ਅਤੇ ਇਸ ਤਰ੍ਹਾਂ ਹੀ ਜਿਵੇਂ ਕਿ ਮੇਰਾ ਇੱਕ ਛੋਟਾ ਜਿਹਾ ਉਪਰਾਲੇ ਦੇ ਨਾਲ ਜਾਂ ਸਾਡੀ ਟੀਮ ਦੇ ਨਾਲ ਜਦੋਂ ਅਸੀਂ ਸੋਚ ਰਹੇ ਹਾਂ ਕਿ ਅਸੀਂ ਸ਼ੂਜ਼ ਪ੍ਰੋਵਾਈਡ ਕਰ ਦਈਏ ਸਲੰਮ ਏਰੀਆ ਦੇ ਬੱਚਿਆਂ ਨੂੰ, ਅਤੇ ਹਰ ਐਨ ਜੀ ਓ ਨੂੰ ਜਿਹੜਾ ਵਾ ਉਹ ਅੱਗੇ ਆਉਣਾ ਚਾਹੀਦਾ, ਹਰ ਐਨ ਜੀ ਓ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਇੱਕ ਐਨ ਜੀ ਓ ਕਿਤਾਬਾਂ ਦੀ ਜ਼ਿੰਮੇਵਾਰੀ ਲੈ ਲਏ, ਇੱਕ ਐਨ ਜੀ ਓ ਇਹਨਾਂ ਲਈ ਰੈਂਟ ਦੀ ਜ਼ਿੰਮੇਵਾਰੀ ਲੈ ਲਏ ਕਿ ਇੱਥੇ ਕਲਾਸ ਆਪਣੀ ਲਗਾ ਸਕਣ, ਕੋਈ ਐਨ ਜੀ ਓ ਇਹਨਾਂ ਦੇ ਕੱਪੜਿਆਂ ਦੀ ਜ਼ਿੰਮੇਵਾਰੀ ਲੈ ਲਏ। ਸੋ ਜੇ ਆਪਾਂ ਛੋਟੀ ਛੋਟੀ ਚੀਜ਼ ਹਰ ਇੱਕ ਸੰਸਥਾ ਜਿਹੜੀ ਆ ਉਹ ਡਿਵਾਈਡ ਕਰ ਲਏ, ਤਾਂ ਮੈਨੂੰ ਲੱਗਦਾ ਕਿ ਇਹਨਾਂ ਦੀ ਬਹੁਤ ਹੀ ਅੱਛੇ ਤਰੀਕੇ ਨਾਲ ਹੈਲਪ ਹੋ ਸਕਦੀ ਆ, ਕਿਉਂਕਿ ਇੱਕਦਮ ਬਹੁਤ ਜ਼ਿਆਦਾ ਹੈਲਪ ਕਰਨਾ ਸਾਰਿਆਂ ਲਈ ਟਫ ਆ, ਪਰ ਜੇ ਆਪਾਂ ਛੋਟੀ ਛੋਟੀ ਰਿਸਪੋਂਸੀਬਿਲਟੀ ਲੈ ਲਈਏ ਕਿ ਸਾਰੇ ਸਾਲ 'ਚ ਤੁਹਾਡੇ ਕੋਲ ਜਿੰਨੇ ਬੱਚੇ ਆਉਣਗੇ ਉਹਨਾਂ ਦੀਆਂ ਪੈਨਸਿਲਸ ਅਸੀਂ ਪ੍ਰੋਵਾਈਡ ਕਰਾਂਗੇ, ਸਾਰੇ ਸਾਲ 'ਚ ਜਿੰਨੇ ਬੱਚੇ ਤੁਹਾਡੇ ਕੋਲ ਆਉਣਗੇ ਉਹਨਾਂ ਦੇ ਸਵੈਟਰਸ ਅਸੀਂ ਦੇਵਾਂਗੇ, ਅਤੇ ਸਾਰੇ ਜਾਣੇ ਆਪਾਂ ਸਿਰਫ ਇੱਕ ਇੱਕ ਚੀਜ਼ ਹੀ ਵੰਡ ਲਈਏ, ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਅੱਛਾ। ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਖਾਣੇ 'ਤੇ ਬੜਾ ਅੱਛਾ ਕੰਮ ਕਰ ਰਹੀਆਂ ਨੇ, ਉਹ ਫੂਡ 'ਤੇ ਇੰਨਾ ਵਧੀਆ ਕੰਮ ਕਰ ਰਹੀਆਂ ਨੇ, ਅਤੇ ਮੈਨੂੰ ਲੱਗਦਾ ਕਿ ਇਹ ਬੱਚਿਆਂ ਨੂੰ ਇੱਕ ਹੈਲਦੀ ਮੀਲ ਵੀ ਮਿਲ ਜੇ ਅਤੇ ਉਹ ਵੀ ਬਹੁਤ ਅੱਛੀ ਜਿਹੜੀ ਆ ਉਹ ਸੇਵਾ ਹੋਏਗੀ ਆਪਣੇ ਆਪ ਦੇ ਵਿੱਚ। ਅਤੇ ਤੁਸੀਂ ਈਵਨਿੰਗ 'ਚ, ਕਿਉਂਕਿ ਈਵਨ ਜਦੋਂ ਅਸੀਂ ਸਕੂਲਾਂ ਦੇ ਵਿੱਚ ਕੈਂਪੇਨ ਕਰਦੇ ਉਦੋਂ ਵੀ ਮੇਰਾ ਮਨ ਕਰਦਾ ਕਿ ਜੇ ਇਹ ਬੱਚੇ ਨੂੰ ਰੋਜ਼ ਇੱਕ ਦੁੱਧ ਦਾ ਗਲਾਸ ਹੀ ਮਿਲ ਜੇ ਤਾਂ ਸ਼ਾਇਦ ਉਹਨੂੰ ਆਪਣੀ ਆਪਣਾ ਜਿਹੜੀ ਸਿਹਤ ਪੱਖੋਂ ਉਹ ਥੋੜ੍ਹਾ ਬੈਟਰ ਫੀਲ ਕਰਨ ਲੱਗ ਪਏਗਾ। ਅਤੇ ਅਸੀਂ ਜੇ ਆਪਣੀ ਛੋਟੀ ਛੋਟੀ ਜ਼ਿੰਮੇਵਾਰੀ ਜਿਹੜੀ ਆ ਉਹ ਲੈ ਲਈਏ ਜਿਹੜੇ ਸਲੰਮ ਏਰੀਆ 'ਚ ਕੰਮ ਕਰ ਰਹੀਆਂ ਸੰਸਥਾਵਾਂ, ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਅੱਛਾ ਕੰਮ ਕਰ ਸਕਦੀਆਂ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰਤਮੰਦ ਆ। ਅਤੇ ਇਹੋ ਜਿਹਾ ਇਨੀਸ਼ੀਏਟਿਵ ਲੈਣਾ ਜਿਹੜਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਆ, ਕਿਉਂਕਿ ਹਮੇਸ਼ਾ ਹੀ ਮੈਂ ਆਪਣੀਆਂ ਵੀਡੀਓਜ਼ 'ਚ ਦੱਸਿਆ ਕਿ ਸਲੰਮ ਏਰੀਆ ਦੇ ਵਿੱਚ ਇੱਕ ਘੰਟਾ ਖੜ੍ਹਾ ਹੋਣਾ ਹੀ ਜਿਹੜੇ ਉਹ ਬਹੁਤ ਵੱਡੀ ਗੱਲ ਆ, ਈਵਨ ਮੇਰੇ ਵਾਸਤੇ, ਤੁਹਾਡੇ ਵਾਸਤੇ, ਹਰ ਇੱਕ ਦੇ ਵਾਸਤੇ। ਅਤੇ ਉਸ ਜਗ੍ਹਾ 'ਤੇ ਆ ਕੇ ਕਲਾਸਿਸ ਲਗਾਉਣੀਆਂ ਅਤੇ ਬੱਚਿਆਂ ਨੂੰ ਪੜ੍ਹਾਉਣਾ ਅਤੇ ਲਗਾਤਾਰ ਉਹ ਕੰਮ ਕਰਨਾ, ਅਤੇ ਆਪਣੇ ਆਪ 'ਚ ਹੀ ਜਿਹੜਾ ਬਹੁਤ ਬਾਖੂਬੀ ਕੰਮ ਆ। ਅਤੇ ਅੱਜ ਅਸੀਂ ਲੁਧਿਆਣਾ ਵਿਖੇ ਹਾਂ ਵਿੱਚ ਦੁਨੀਆ ਸੇਵ ਕਮਾਈਏ ਸੰਸਥਾ ਦੇ ਸਾਰੇ ਬੱਚਿਆਂ ਨੂੰ ਜਿਹੜੇ ਆ ਉਹ ਸ਼ੂਜ਼ ਦੇਣ ਦਾ ਪ੍ਰੋਮਿਸ ਕੀਤਾ ਅਸੀਂ, ਅਤੇ ਉਹਦੇ ਵਿੱਚੋਂ ਅੱਜ ਆਲਮੋਸਟ 90 ਬੱਚਿਆਂ ਨੂੰ ਜਿਹੜੇ ਆ ਅੱਜ ਸ਼ੂਜ਼ ਦਿੱਤੇ ਜਾਣਗੇ। ਅਤੇ ਬੜੀ ਮੈਂ ਥੈਂਕਫੁਲ ਹਾਂ ਸੁਰਜੀਤ ਸਿੰਘ ਜੀ, ਜੋ ਕਿ ਗੁਜਰਾਤ ਤੋਂ ਨੇ, ਸਾਰੀਆਂ ਸੰਸਥਾਵਾਂ ਨੂੰ ਬੜਾ ਸਪੋਰਟ ਕਰਦੇ ਰਹਿੰਦੇ ਨੇ। ਉਹਨਾਂ ਨੇ, ਉਹਨਾਂ ਦਾ ਆਲਰੇਡੀ ਫੁੱਟਵੇਅਰ ਬਿਜ਼ਨਸ ਆ, ਅਤੇ ਉਹਨਾਂ ਨੇ ਖੁਦ ਜਿਹੜੇ ਸ਼ੂਜ਼ ਹੀ ਡਾਇਰੈਕਟਲੀ ਇਸ ਕੈਂਪੇਨ ਲਈ ਭੇਜੇ ਨੇ, ਅਤੇ ਅਸੀਂ ਉਹੀ ਸ਼ੂਜ਼ ਜਿਹੜੇ ਆ ਉਹ ਬੱਚਿਆਂ ਨੂੰ ਅੱਜ ਦੇ ਰਹੇ ਹਾਂ। ਅਤੇ ਤੁਹਾਡੇ ਅਸੀਂ ਬੜੇ ਥੈਂਕਫੁਲ ਹਾਂ ਕਿ ਤੁਸੀਂ ਸਾਨੂੰ ਜਿਹੜੇ ਆ ਉਹ ਪੈਸਿਆਂ ਦੀ ਬਜਾਏ ਜਿਹੜਾ ਡਾਇਰੈਕਟਲੀ ਸ਼ੂਜ਼ ਹੀ ਭੇਜਦੇ ਨੇ, ਸਾਡਾ ਜਿਹੜਾ ਹੋਰ ਕੰਮ ਘੱਟ ਕਰ ਦਿੱਤਾ, ਅਤੇ ਅਸੀਂ ਜਿਹੜੇ ਆ ਬੱਚਿਆਂ ਨੂੰ ਅੱਜ ਇੱਥੇ ਸ਼ੂਜ਼ ਜਿਹੜੇ ਆ ਅਸੀਂ ਦੇ ਪਾ ਰਹੇ ਹਾਂ। ਅਤੇ ਬਹੁਤ ਸਾਰੇ ਬੱਚੇ ਨੇ ਇੱਥੇ ਜਿਹੜੇ ਕਿ ਅੱਜ ਨੰਗੇ ਪੈਰੀ ਨੇ, ਜਿਹੜੇ ਚੱਪਲਾਂ ਦੇ ਵਿੱਚ ਨੇ, ਅਤੇ ਉਹਨਾਂ ਨੂੰ ਸ਼ੂਜ਼ ਦੀ ਜਿਹੜੀ ਆ ਉਹ ਨੀਡ ਵੀ ਆ। ਅਤੇ ਬਹੁਤ ਅੱਛੀਆਂ, ਬਹੁਤ ਪਿਆਰੀਆਂ ਜਿਹੜੀਆਂ ਟੀਚਰਸ ਆ ਇੱਥੇ। ਅਤੇ ਲਾਸਟ ਵਿੱਚ ਮੈਂ ਇੰਨਾ ਕੁ ਕਹਿਣਾ ਚਾਹਾਂਗੀ ਕਿ ਤੁਸੀਂ ਜ਼ਰੂਰ ਵਾਲੰਟੀਅਰ ਕਰੋ, ਐਟਲੀਸਟ ਤੁਸੀਂ ਇੱਕ ਘੰਟਾ ਸਲੰਮ ਏਰੀਆ 'ਚ ਆ ਕੇ ਪੜ੍ਹਾਉਣ ਲਈ ਜਿਹੜਾ ਵਾ ਉਹ ਵਾਲੰਟੀਅਰ ਕਰੋ। ਲੱਖਾਂ ਲੋਕ, 1000 ਲੋਕ ਸਾਨੂੰ ਵੇਖ ਰਹੇ ਨੇ ਜਾਂ ਸਾਨੂੰ ਫੋਲੋ ਕਰ ਰਹੇ ਨੇ, ਸਾਡਾ ਕੰਮ ਦੇਖ ਰਹੇ ਨੇ, ਪਰ ਜੇ ਉਹ ਅੱਗੇ ਨਹੀਂ ਆ ਰਹੇ ਗਰਾਊਂਡ 'ਤੇ, ਤਾਂ ਮੈਨੂੰ ਲੱਗਦਾ ਅਸੀਂ ਆਪਣੇ ਆਪ ਨੂੰ ਅਸਫਲ ਸਮਝਾਂਗੇ ਕਿ ਅਸੀਂ ਇੱਕ ਵੀ ਟੀਚਰ ਜਿਹੜਾ ਵਾ ਉਹ ਅੱਗੇ ਨਹੀਂ ਲੈ ਕੇ ਆ ਪਾ ਰਹੇ। ਸੋ ਇੰਨਾ ਵੱਡਾ ਲੁਧਿਆਣਾ, ਆਈ ਥਿੰਕ ਲੁਧਿਆਣਾ ਸ਼ੁੱਡ ਗੈਟ ਐਕਟਿਵ। ਅਤੇ ਮੇਰੇ ਨਾਲ ਹਰਪ੍ਰੀਤ ਕੌਰ ਜੀ ਨੇ, ਇਹਨਾਂ ਨਾਲ ਗੱਲ ਕਰਦੇ ਆਪਾਂ ਥੋੜ੍ਹੀ ਜਿਹੀ। ਕਿੱਦਾਂ ਮਹਿਸੂਸ ਕਰ ਰਹੇ ਨੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਤੇ ਬਹੁਤ ਹੀ ਦਿਲੋਂ ਧੰਨਵਾਦ ਹੈ ਸਮਾਈਲਸ ਕੇਅਰ ਦਾ, ਮਨਦੀਪ ਮੈਮ ਦਾ, ਇਹਨਾਂ ਦੀ ਸਾਰੀ ਟੀਮ ਦਾ, ਜਿਹੜੇ ਕਿ ਹਰ ਇੱਕ ਮੰਥ ਆਪਣਾ ਮਤਲਬ ਸਮਾਂ ਕੱਢ ਕੇ ਆਪਣਾ ਐਫਰਟ ਲਗਾ ਕੇ ਸਾਡੇ ਬੱਚਿਆਂ ਲਈ ਜਿਹੜੇ ਸ਼ੂਜ਼ ਲੈ ਕੇ ਆਉਂਦੇ ਨੇ। ਅਤੇ ਇਸ ਵਾਰੀ ਦਾ ਜਿਹੜੇ ਸ਼ੂਜ਼ ਦਾ ਕੈਂਪੇਨ ਹੈ, ਸਾਡੇ ਜਿਹੜਾ ਇੱਕ ਬੈਕਵਰਡ ਏਰੀਆ ਜਿੱਥੇ ਬੱਚੇ ਕੁਛ ਸਕੂਲਾਂ 'ਚ ਪੜ੍ਹਦੇ ਕੁਛ ਨਹੀਂ ਪੜ੍ਹਦੇ, ਅਤੇ ਇਹਨਾਂ ਦੇ ਲਈ ਸ਼ੂਜ਼ ਜ਼ਿਆਦਾ ਲੋੜ ਸੀਗੀ। ਇੱਕ ਮੌਸਮ ਕਰਕੇ ਸਾਨੂੰ ਅਸੀਂ ਹਰ ਇੱਕ ਬੱਚਿਆਂ ਨੂੰ ਸਰਦੀਆਂ 'ਚ ਸ਼ੂਜ਼ ਮੈਡਮ ਦੇ ਰਹੇ ਨੇ, ਅਤੇ ਉਹ ਤਾਂ ਜਿਹੜਾ ਸੀਗਾ, ਇੱਕ ਮੇਰੀ ਕੋਸ਼ਿਸ਼ ਇਹ ਸੀ ਕਿ ਇਸ ਵਾਰੀ ਹੁਣ ਜਿਵੇਂ ਕਿ ਸੈਸ਼ਨ ਸਟਾਰਟ ਹੋ ਰਿਹਾ, ਮਾਰਚ ਲੰਘੀ ਅਪ੍ਰੈਲ 'ਚ, ਬੜੀ ਪੇਰੈਂਟਸ ਨੂੰ ਟੈਨਸ਼ਨ ਹੁੰਦੀ ਆ ਕਿ ਅਸੀਂ ਐਡਮਿਸ਼ਨ ਕਰਾਉਣੀ ਹੈ, ਅਸੀਂ ਕਿਤਾਬਾਂ ਲੈਣੀਆਂ, ਅਤੇ ਜਿਹੜਾ ਬੂਟ ਵਾਲਾ ਅਸੀਂ ਦਿੱਤਾ, ਅਤੇ ਬੜੇ ਹੀ ਪੇਰੈਂਟਸ ਨੇ ਆ ਕੇ ਮੇਰਾ ਥੈਂਕਸ ਕੀਤਾ ਕਿ ਮੈਡਮ ਤੁਸੀਂ ਸਾਡੇ ਬੱਚਿਆਂ ਨੂੰ ਸ਼ੂਜ਼ ਪਵਾ ਰਹੇ ਹੋ, ਸਾਡਾ ਮਤਲਬ ਜਿਹੜਾ ਸਕੂਲ ਜਾ ਰਹੇ ਬੱਚਿਆਂ ਦਾ ਸਾਡਾ ਬੜਾ ਖਰਚਾ ਜਿਹੜਾ ਸ਼ੂਜ਼ ਦਾ ਘੱਟਦਾ, ਅਤੇ ਸਾਨੂੰ ਮਤਲਬ ਬਹੁਤ ਹੀ ਹੈਲਪ ਹੋਈ ਹੈ। ਅਤੇ ਇਹ ਸਾਰਾ ਕ੍ਰੈਡਿਟ ਜਿਹੜੇ ਕਿ ਇਹਨਾਂ ਦੀ, ਇਹਨਾਂ ਨਾਲ ਹੈਲਪ ਕਰਦੇ ਨੇ, ਇਹਨਾਂ ਨੂੰ ਸਪੋਂਸਰ ਕਰਦੇ ਨੇ, ਸ਼ੂਜ਼ ਦਿੰਦੇ ਨੇ, ਉਹਨਾਂ ਦੀ ਮਤਲਬ ਮੈਂ ਸਲਿਊਟ ਕਰਦੀ ਹਾਂ। ਤੁਸੀਂ ਸਾਰੇ ਮਤਲਬ ਇਹਨਾਂ ਦਾ ਸਾਥ ਦਿਓ, ਅਤੇ ਜਿਹੜਾ ਸਾਡਾ ਤੁਸੀਂ ਦੇ ਰਹੇ ਹੋ, ਅਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਅਤੇ ਇਹ ਸਾਰੀਆਂ ਕਲਾਸਾਂ ਇਹ ਇਕੱਲੀ ਹਰਪ੍ਰੀਤ ਦੇ ਚਲਾਇਆ ਨਹੀਂ ਚੱਲ ਰਹੀਆਂ, ਇਹ ਆਪ ਸਭ ਜਿਵੇਂ ਦੀਦੀ ਨੇ ਕਿਹਾ, ਇਹਨਾਂ ਇਹ ਕੋਈ ਕਿਤਾਬਾਂ ਦੇ ਰਿਹਾ, ਕੋਈ ਪੈਨਸਲਾਂ ਦੇ ਰਿਹਾ, ਤੁਸੀਂ ਵੀ ਅੱਗੇ ਆ ਸਕਦੇ ਹੋ, ਆਪ ਆ ਕੇ ਦੇ ਸਕਦੇ ਹੋ, ਆਪ ਆ ਕੇ ਮਿਲ ਸਕਦੇ ਹੋ, ਬੱਚਿਆਂ ਨੂੰ ਖਿਲਾ ਸਕਦੇ ਹੋ, ਜਨਮ ਦਿਨ ਐਨਿਵਰਸਰੀਆਂ ਇਹਨਾਂ ਨਾਲ ਮਨਾ ਕੇ ਦੇਖੋ, ਇਹ ਰੋਜ਼ ਹੀ ਅਰਦਾਸਾਂ ਕਰਦੇ ਨੇ ਅੱਜ ਕਿਸੇ ਦਾ ਜਨਮ ਦਿਨ ਆਵੇ ਅਤੇ ਸਾਨੂੰ ਖਾਣ ਨੂੰ ਕੁਛ ਮਿਲੇ। ਅਤੇ ਇਹ ਬੱਚਿਆਂ ਨੂੰ ਅੱਜ ਇੰਨੇ ਖੁਸ਼, ਕੱਲ੍ਹ ਅਸੀਂ ਇਹਨਾਂ ਦੇ ਸਾਈਜ਼ ਨੋਟ ਕੀਤੇ, ਅੱਜ ਬੱਚੇ ਸਾਰੇ ਸ਼ੂਜ਼ ਪਾ ਕੇ ਬੈਠੇ ਨੇ, ਅਤੇ ਮਤਲਬ ਮੇਰੇ ਕੋਲ ਤਾਂ ਸ਼ਬਦ ਘੱਟ ਨੇ। ਹਾਂਜੀ, ਅਤੇ ਅਸੀਂ ਜਿੰਨੀਆਂ ਸਾਡੇ ਕੋਲ ਕਲਾਸਾਂ ਨੇ, ਹੁਣ 6 ਕਲਾਸਾਂ ਸਾਡੀਆਂ ਚੱਲ ਰਹੀਆਂ ਨੇ, 500 ਬੱਚੇ ਸਲਮ ਏਰੀਆ ਦੇ, 300 ਬੱਚੇ ਸਾਡੇ ਕੋਲ ਇਸ ਤਰ੍ਹਾਂ ਟਿਊਸ਼ਨ ਸੈਂਟਰ ਦੇ ਨੇ, ਜਿਹੜੇ ਕਿ ਸਕੂਲ 'ਚ ਨਹੀਂ ਵੀ ਜਾ ਸਕਦੇ, ਉਹ ਸਾਡੇ ਕੋਲ ਟਿਊਸ਼ਨ 'ਚ ਹੀ ਪੜ੍ਹਦੇ ਨੇ। ਅਤੇ ਉਹ ਉਹਨਾਂ ਦੇ ਲਈ ਅਸੀਂ ਇੱਕ ਕੰਪੀਟੀਸ਼ਨ ਕਰਵਾ ਰਹੇ ਹਾਂ, ਜਿਹਦੇ 'ਚ ਇਹਨਾਂ ਦੀ ਅੰਦਰ ਇਹਨਾਂ ਦੇ ਹੁਨਰ ਕਿਸ ਚੀਜ਼ ਦਾ, ਅਸੀਂ ਇਹਨਾਂ ਨੂੰ ਹੱਥ ਦੀਆਂ ਬਣਾਈਆਂ ਪੁਰਾਣੀਆਂ ਸਮਾਨ ਦੀਆਂ ਚੀਜ਼ਾਂ ਉਹਦੀ ਪ੍ਰਦਰਸ਼ਨੀ ਲਗਾਵਾਂਗੇ, ਜਿਹ 'ਚ ਬੱਚੇ ਕਵਿਤਾ ਬੋਲਣਗੇ, ਭਾਸ਼ਣ ਦੇਣਗੇ, ਪੇਂਟਿੰਗ ਕਰਨਗੇ, ਮੈਡੀਟੇਸ਼ਨ ਕਰਨਗੇ, ਤਾਂ ਕਿ ਇਹ ਲੋਕ ਇਹ ਨਾ ਸੋਚਣ ਕਿ ਅਸੀਂ ਗਰੀਬ ਹਾਂ ਅਤੇ ਅਸੀਂ ਗਰੀਬ ਹੀ ਰਹਿਣਾ। ਅਤੇ ਇਹਨਾਂ ਨੂੰ ਮੈਡੀਟੇਸ਼ਨ ਨਾਲ, ਪਰਮਾਤਮਾ ਨਾਲ ਅਸੀਂ ਜੋੜ ਰਹੇ ਹਾਂ ਕਿ ਤੁਸੀਂ ਵੀ ਆਪਣੇ ਅੰਦਰੋਂ ਗਰੋ ਕਰ ਸਕਦੇ ਹੋ, ਤੁਸੀਂ ਮਿਹਨਤ ਕਰਕੇ ਸਾਰਾ ਕੁਛ ਬਣ ਸਕਦੇ ਹੋ ਜੋ ਵੱਡੇ ਘਰਾਂ ਦੇ ਬੱਚੇ ਹੁੰਦੇ ਨੇ। ਅਤੇ ਇਹ ਚੀਜ਼ਾਂ ਬੱਚਿਆਂ 'ਚ ਪਾਉਣ ਨਾਲ ਬੜੀ ਵਿਲ ਪਾਵਰ ਇਹਨਾਂ ਦੀ ਵੱਧਦੀ ਹੈ, ਪੇਰੈਂਟਸ ਨੂੰ ਵੀ ਇੱਦਾਂ ਲੱਗਦਾ ਕਿ ਅਸੀਂ ਤਾਂ ਪੜ੍ਹੇ ਨਹੀਂ, ਚਲੋ ਸਾਡੇ ਬੱਚੇ ਹੀ ਅੱਗੇ ਨਿਕਲ ਜਾਣ, ਸਾਨੂੰ ਬੜੀ ਖੁਸ਼ੀ ਹੈ। ਅਤੇ ਉਹ ਜਿਹੜਾ ਅਸੀਂ 31st ਨੂੰ ਇੱਕ ਪ੍ਰੋਗਰਾਮ ਰੱਖਿਆ ਇੱਥੇ ਤਾਜਪੁਰ ਪਿੰਡ ਦੇ ਵਿੱਚ, ਉਹਦੇ 'ਚ ਇਹਨਾਂ ਦੇ ਸਾਰਿਆਂ ਦੇ ਕੰਪੀਟੀਸ਼ਨ ਕਰਵਾ ਰਹੇ ਹਾਂ, ਉਹਦੇ 'ਚ ਬੱਚਿਆਂ ਨੂੰ ਅਸੀਂ ਲੋੜਵੰਦ ਚੀਜ਼ਾਂ ਦੇਣੀਆਂ, ਸਪੋਰਟਸ ਦਾ ਸਮਾਨ ਦੇਣਾ, ਟਿਫਿਨ ਬੋਟਲਸ, ਇਹ ਸਾਰੀਆਂ ਇਹਨਾਂ ਨੂੰ ਗਿਫਟ ਦੇ ਤੌਰ 'ਤੇ ਆਈਟਮਸ ਦੇਣੀਆਂ ਨੇ, ਤਾਂ ਜੋ ਇਹ ਬੱਚਿਆਂ ਦੇ ਸਕੂਲ 'ਚ ਵੀ ਹੈਲਪ ਹੋਵੇ, ਅਤੇ ਇਹਨਾਂ ਨੂੰ ਅੱਗੇ ਵਧਣ ਦਾ, ਅੱਗੇ ਨਿਕਲਣ ਦਾ ਜਜ਼ਬਾ ਇਹਨਾਂ ਦੇ ਅੰਦਰ ਪੈਦਾ ਹੋਵੇ। ਅਤੇ ਦਿਲੋਂ ਧੰਨਵਾਦ ਕਰਦੀ ਹਾਂ ਸਾਰਿਆਂ ਦਾ, ਸਮਾਈਲਸ ਕੇਅਰ ਦੀ ਟੀਮ ਦਾ, ਸੈਲਿਊਟ ਹੈ ਤੁਹਾਨੂੰ ਸਾਰਿਆਂ ਨੂੰ। ਸੋ ਹਰਪ੍ਰੀਤ ਕੌਰ ਪ੍ਰੀਤ ਜੀ ਸਾਡੇ ਨਾਲ ਜੁੜੇ ਸੀ ਹੁਣੇ, ਅਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਕਿ ਬਹੁਤ ਹੀ ਆਪਣਾ ਇੱਕ ਈਅਰਲੀ ਈਵੈਂਟ ਇਹ ਕਰਨ ਵਾਲੇ ਆ 31st ਮਾਰਚ ਨੂੰ, ਜੋ ਕਿ ਸਲਮ ਏਰੀਆ ਦੇ ਬੱਚਿਆਂ ਨੂੰ ਹੀ ਡੈਡੀਕੇਟਿਡ ਆ। ਅਤੇ ਆਪਣੇ ਆਪ 'ਚ ਹੀ ਮੈਂ ਆਪਣੀ ਟੀਮ ਨੂੰ ਵੀ ਅੱਜ ਆਉਂਦੇ ਵਕਤ ਦੱਸ ਰਹੀ ਸੀ ਕਿ ਦੇਖੋ ਟੈਲੈਂਟ ਸ਼ੋਅ ਕਰਾ ਰਹੇ ਨੇ ਸਲਮ ਏਰੀਆ ਦੇ ਬੱਚਿਆਂ ਦਾ, ਅਤੇ ਕਿੰਨੀ ਜ਼ਿਆਦਾ ਐਕਸਾਈਟਮੈਂਟ ਆਈ ਆ, ਕਿੰਨਾ ਉਹਨਾਂ 'ਚ ਹੁਨਰ ਹੋਏਗਾ ਅਤੇ ਕਿੱਦਾਂ ਉਹ ਕਰਵਾਉਣਗੇ। ਸੋ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਪਹਿਲਾਂ ਵੇਖਿਆ ਹੀ ਨਹੀਂ ਕਦੀ ਕਿ ਟੈਲੈਂਟ ਸ਼ੋਅ ਹੁੰਦਾ ਕੀ ਆ, ਉਹਨਾਂ ਦਾ ਟੈਲੈਂਟ ਸ਼ੋਅ ਕਰਾਉਣਾ, ਜਿਨ੍ਹਾਂ ਨੇ ਟੀ ਵੀ ਨਹੀਂ ਦੇਖਿਆ ਉਹਨਾਂ ਦਾ ਟੈਲੈਂਟ ਸ਼ੋਅ ਕਰਾਉਣਾ। ਸੋ ਆਪਣੇ ਆਪ 'ਚ ਹੀ ਬਹੁਤ ਅੱਛਾ ਉਪਰਾਲਾ ਹੈ, ਅਤੇ ਮੇਰੀ ਰਿਕੁਐਸਟ ਆ ਕਿ ਜ਼ਰੂਰ ਤੁਸੀਂ ਇਹਨਾਂ ਨੂੰ ਸਪੋਰਟ ਕਰੋ, ਤੁਸੀਂ ਹਰ ਐਨ ਜੀ ਓ ਨੂੰ ਸਪੋਰਟ ਕਰੋ, ਕੋਈ ਵੀ ਤੁਹਾਨੂੰ ਕਿਸੇ ਦਾ ਵੀ ਕੰਮ ਅੱਛਾ ਲੱਗਦਾ ਅਤੇ ਸਭ ਨੂੰ ਹੀ ਤੁਸੀਂ ਸਪੋਰਟ ਕਰੋ, ਕਿਉਂਕਿ ਜਿਹੜਾ ਵੀ ਅੱਛਾ ਕੰਮ ਕਰ ਰਿਹਾ ਜਾਂ ਸਾਰੇ ਹੀ ਆਪਣੀ ਜਗ੍ਹਾ 'ਤੇ ਬਹੁਤ ਅੱਛਾ ਕੰਮ ਕਰ ਰਹੇ ਨੇ, ਅਤੇ ਸਾਰਿਆਂ ਨੂੰ ਹੀ ਸਪੋਰਟ ਦੀ ਜਿਹੜੀ ਆ ਜ਼ਰੂਰਤ ਹੁੰਦੀ ਆ। ਆਪਣੀਆਂ ਲੋਕਲ ਐਨ ਜੀ ਓਜ਼ ਨੂੰ ਜ਼ਰੂਰ, ਜਿੱਥੇ ਜਿੱਥੇ ਵੀ ਉਹਨਾਂ ਦਾ ਛੋਟਾ ਛੋਟਾ ਈਵੈਂਟ ਆ ਜਾਂ ਕੋਈ ਵੀ ਉਹਨਾਂ ਦਾ ਈਵੈਂਟ ਆ, ਅਤੇ ਥੋੜ੍ਹਾ ਥੋੜ੍ਹਾ ਜਿਹੜਾ ਵਾ ਹਰ ਇੱਕ ਨੂੰ ਸਪੋਰਟ ਕਰੋ, ਅਲੱਗ ਅਲੱਗ ਜਣਿਆਂ ਨੂੰ ਮਿਲ ਕੇ, ਜਾਂ ਅਸੀਂ ਜਦੋਂ ਅਲੱਗ ਅਲੱਗ ਜਗ੍ਹਾ ਦਾ ਐਕਸਪੀਰੀਅੰਸ ਲੈਂਦੇ ਹਾਂ, ਜਿਵੇਂ ਅਸੀਂ ਸਲਮ ਏਰੀਆ ਕਵਰ ਕਰਦੇ, ਕਦੇ ਸਕੂਲ ਕਵਰ ਕਰਦੇ ਹਾਂ, ਅਤੇ ਆਪਣੇ ਆਪ 'ਚ ਹੀ ਇੱਕ ਡਿਫਰੈਂਟ ਐਕਸਪੀਰੀਅੰਸ ਹੁੰਦਾ, ਇੱਕ ਡਿਫਰੈਂਟ ਸਮਾਈਲ, ਇੱਕ ਡਿਫਰੈਂਟ ਚੀਜ਼ ਜਿਹੜੀ ਆ ਉਹ ਸਾਹਮਣੇ ਆਉਂਦੀ ਆ, ਅਤੇ ਬਹੁਤ ਹੀ ਜਿਹੜਾ ਕਿ ਅੱਛਾ ਲੱਗਦਾ। ਸੋ ਇਹਦੇ ਵਿੱਚ ਸੰਸਥਾ ਦੀ ਕੋਈ ਗੱਲ ਨਹੀਂ ਆ, ਗੱਲ ਆ ਬੱਚਿਆਂ ਦੀ, ਅਤੇ ਗੱਲ ਆ ਲੋੜਵੰਦ ਬੱਚਿਆਂ ਦੀ, ਅਤੇ ਗੱਲ ਆ ਕਿ ਜਿੱਦਾਂ ਕਿ ਸਲਮ ਏਰੀਆ ਦੇ ਬੱਚੇ ਆ ਜਿਹੜੇ ਆਪਣੀ ਜ਼ਿੰਦਗੀ 'ਚ ਪੜ੍ਹਨਾ ਚਾਹੁੰਦੇ ਨੇ, ਇਸ ਕਰਕੇ ਸ਼ਾਮ ਦੀ ਕਲਾਸ ਵਿੱਚ ਜਿਹੜੇ ਆ ਉਹ ਰੋਜ਼ ਆ ਰਹੇ ਨੇ, 100 ਬੱਚੇ ਅਪਰੋਕਸੀਮੇਟ ਆ ਰਹੇ ਨੇ,
ਉਹਨਾਂ ਵਾਸਤੇ ਕੁਛ ਕਰਨ ਦਾ ਜਿਹੜਾ ਵਾ ਉਹ ਸਾਡੇ 'ਚ ਜਜ਼ਬਾ ਹੋਣਾ ਚਾਹੀਦਾ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਉਹਨਾਂ ਲਈ ਕੁਛ ਨਾ ਕੁਛ ਜਿਹੜਾ ਜ਼ਰੂਰ ਕਰੀਏ। ਅਤੇ ਮੈਂ ਆਪਣੇ ਸਾਰੇ ਹੀ ਵੋਲੰਟੀਅਰਸ ਦੀ ਬੜੀ ਥੈਂਕਫੁੱਲ ਹਾਂ ਜਿਹੜੇ ਕਿ ਇੱਥੇ ਅੱਜ ਸਾਡੇ ਨਾਲ ਸ਼ੂਜ਼ ਪਵਾ ਰਹੇ ਨੇ ਅਤੇ ਬੱਚਿਆਂ ਨੂੰ ਜਿਹੜਾ ਵਾ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਅਸੀਂ ਲੈ ਰਹੇ ਹਾਂ। ਸੋ ਮੈਂ ਖੁਦ ਹੁਣ ਬੈਠ ਕੇ ਜਿਹੜਾ ਸ਼ੂਜ਼ ਪਵਾਉਣਾ ਚਾਹਾਂਗੀ। ਅਤੇ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਪਲੀਜ਼ ਜਦੋਂ ਵੀ ਸਾਡੇ ਕੈਂਪੇਨਸ ਕਿਤੇ ਵੀ ਜਾਂ ਹੋਣ ਜਾਂ ਕੋਈ ਵੀ ਐਨ ਜੀ ਓ ਕੋਈ ਈਵੈਂਟ ਕਰਦੀ ਹੈ ਤਾਂ ਤੁਸੀਂ ਜ਼ਰੂਰ ਜਿਹੜਾ ਵਾ ਉਹ ਸਪੋਰਟ ਕਰੋ ਉਹਨੂੰ। ਕਿਸੇ ਤਰੀਕੇ ਨਾਲ ਵੀ ਤੁਸੀਂ ਸਪੋਰਟ ਕਰ ਸਕਦੇ ਹੋ, ਫਾਈਨੈਂਸ਼ਲੀ ਕਰ ਸਕਦੇ ਹੋ, ਖੁਦ ਮੌਜੂਦ ਹੋ ਕੇ ਸਪੋਰਟ ਕਰ ਸਕਦੇ ਹੋ ਜਾਂ ਕੋਈ ਵੀ ਚੀਜ਼ ਡੋਨੇਟ ਕਰਕੇ ਸਪੋਰਟ ਕਰ ਸਕਦੇ ਹੋ। ਅਤੇ ਜ਼ਰੂਰ ਤੁਸੀਂ ਜਿਹੜਾ ਵਾ ਉਹ ਸਪੋਰਟ ਕਰੋ। ਅਤੇ ਥੈਂਕ ਯੂ ਲੁਧਿਆਣਾ, ਅਤੇ ਥੈਂਕ ਯੂ ਅੱਜ ਸਾਨੂੰ ਕੁਛ ਵੋਲੰਟੀਅਰਸ ਵੀ ਇੱਥੇ ਮਿਲਣ ਆਏ ਨੇ, ਉਹਨਾਂ ਦੀ ਮੈਂ ਬੜੀ ਧੰਨਵਾਦੀ ਹਾਂ। ਹਾਰਟ ਟੂ ਹਾਰਟ ਐਨ ਜੀ ਓ ਤੋਂ ਸਾਡੇ ਕੋਲ ਇੱਥੇ ਕੁਛ ਮੈਂਬਰਸ ਆਏ ਨੇ ਅਤੇ ਸਾਰਿਆਂ ਦੀ ਮੈਂ ਬੜੀ ਸ਼ੁਕਰਗੁਜ਼ਾਰ ਹਾਂ। ਅਤੇ ਸਾਰੇ ਹੀ ਆਪਣੇ ਡੋਨਰਸ ਦੀ ਵੋਲੰਟੀਅਰਸ ਦੀ ਬੜੀ ਮੈਂ ਥੈਂਕਫੁੱਲ ਹਾਂ। ਅਤੇ ਲੁਧਿਆਣਾ ਨੇ ਹਮੇਸ਼ਾ ਹੀ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਸਪੋਰਟ ਕੀਤਾ। ਅਤੇ ਛੋਟੇ ਛੋਟੇ ਬੱਚੇ ਨੇ, ਅਸੀਂ ਹੁਣੇ ਦੇਖਦੇ ਕਿ ਕਿੱਦਾਂ ਉਹ ਨੰਗੇ ਪੈਰੀ ਹੀ ਜਿਹੜੇ ਆਏ ਹੋਏ ਨੇ, ਅਤੇ ਵੀ ਸ਼ੁੱਡ ਡੈਫੀਨੇਟਲੀ ਵਰਕ ਫੋਰ ਦੈਟ। ਦੇਖ ਲਈਏ ਬੂਟ ਆਪਣੇ, ਸਾਰੇ ਬੱਚੇ ਨੇ ਆਲਮੋਸਟ ਜਿਹੜੇ ਕਿ ਨੰਗੇ ਪੈਰੀ ਨੇ ਜਾਂ ਉਹ ਚੱਪਲਾਂ ਦੇ ਵਿੱਚ ਨੇ। ਸੋ ਐਵਰੀਬਡੀ ਨੀਡਸ ਸ਼ੂ। ਅਤੇ ਮੈਨੂੰ ਵੀ ਇਹ ਫੀਲ ਹੋਣ ਲੱਗ ਪਿਆ ਕਿ ਸਕੂਲਾਂ ਨੂੰ ਸਪੋਰਟ ਕਰਨ ਦੀ ਸਾਨੂੰ ਬਹੁਤ ਲੋੜ ਆ, ਪਰ ਸਲੰਮ ਏਰੀਆ ਨੂੰ ਵੀ ਸਪੋਰਟ ਕਰਨ ਦੀ ਸਾਨੂੰ ਬਹੁਤ ਲੋੜ ਹੈ। ਸਾਡੇ 'ਚ ਇਹ ਕਰੇਜ ਚਾਹੀਦਾ, ਸਾਡੇ 'ਚ ਇਹ ਤਾਕਤ ਚਾਹੀਦੀ ਆ, ਜਾਂ ਰੱਬ ਦੀ ਸਾਡੇ 'ਤੇ ਬਖਸ਼ਿਸ਼ ਹੋਣੀ ਚਾਹੀਦੀ ਕਿ ਸਾਡਾ ਜੀ ਕਰੇ ਕਿ ਅਸੀਂ ਸਲੰਮ ਏਰੀਆ ਦੇ ਵਿੱਚ ਵੀ ਜਾਈਏ, ਉਹਨਾਂ ਬੱਚਿਆਂ ਨੂੰ ਇਹਨੂੰ ਗਲਵੱਕੜੀ 'ਚ ਲਈਏ, ਉਹਨਾਂ ਬੱਚਿਆਂ ਲਈ ਵੀ ਕੁਛ ਕਰੀਏ ਜਿਹੜੇ ਕਿ ਆਮ ਦੁਨੀਆ ਤੋਂ ਬਿਲਕੁਲ ਪਰੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਿਤਾ ਰਹੇ ਨੇ। ਨਵਦੀਪ ਸਿੰਘ ਮੁੰਡਾ ਦਿੱਤੀ ਉਹ ਦਿੱਖ ਸਰਦਾਰ ਅੱਜ ਛੋਟੇ ਬੱਚੇ ਨੂੰ ਚਲੋ।
क्लास में सॉरी कौन से स्कूल में जाते हो कौन से स्टैंडर्ड में कौन सी क्लास में किस चीज में पार्टिसिपेट कर रहे हो कौन सी बॉक्स ले जाओ ठीक नवदीप जी आदि भी क्या चला अरे क्यों छोटे बच्चे तुसी कर लो पता नहीं मैंने पैसा भी क्या दीदी पोस्ट
अच्छे लगे बूट बताओ मुझे स्कूल जाते हो यूनिफॉर्म पहन के होते
ਜੀ 11 ਨੰਬਰ ਹੈਗਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਹੀ। ਤੇ ਅੱਜ ਅਸੀਂ ਵਿੱਚ ਦੁਨੀਆ ਸੇਵ ਕਮਾਈਏ ਸੰਸਥਾ, ਜੋ ਕਿ ਲੁਧਿਆਣਾ ਦੀ ਸੰਸਥਾ ਹੈ, ਹਰਪ੍ਰੀਤ ਕੌਰ ਪ੍ਰੀਤ ਜੀ ਵੱਲੋਂ ਚਲਾਈ ਗਈ ਇਹ ਸੰਸਥਾ ਹੈ, ਜੋ ਕਿ ਸਲੰਮ ਏਰੀਆ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਨੇ। ਤੇ ਇਸ ਸੰਸਥਾ ਨੂੰ ਅਸੀਂ ਲਾਸਟ ਈਅਰ ਜਿਹੜਾ ਪ੍ਰੋਮਿਸ ਕੀਤਾ ਹੈ ਕਿ 2019 ਦੇ ਵਿੱਚ ਜਿੰਨੇ ਵੀ ਬੱਚੇ ਇਸ ਸੰਸਥਾ ਦੇ ਵਿੱਚ ਪੜ੍ਹਨਗੇ ਸਲੰਮ ਏਰੀਆ 'ਚ, ਸਾਰਿਆਂ ਨੂੰ ਜਿਹੜੇ ਆ ਉਹ ਸ਼ੂਜ਼ ਪ੍ਰੋਵਾਈਡ ਕੀਤੇ ਜਾਣਗੇ। ਸੋ ਹਰ ਮੰਥ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਲੰਮ ਏਰੀਆ ਕਵਰ ਕਰੀਏ, ਅਤੇ ਜਿਹੜਾ ਇੱਥੇ ਜ਼ਰੂਰ ਅਸੀਂ ਇੱਕ ਜਿਹੜਾ ਕੈਂਪੇਨ ਅਸੀਂ ਕਰੀਏ। ਅਤੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦੀ, ਬਹੁਤ ਬਹੁਤ ਸ਼ੁਕਰੀਆ ਸੁਰਜੀਤ ਸਿੰਘ ਜੀ, ਜਿਨ੍ਹਾਂ ਨੇ ਗੁਜਰਾਤ ਤੋਂ ਸਾਨੂੰ ਡਾਇਰੈਕਟਲੀ ਸ਼ੂਜ਼ ਹੀ ਭੇਜੇ ਨੇ ਇਸ ਪਰਟੀਕੁਲਰ ਕੈਂਪੇਨ ਲਈ, ਮੈਂ ਉਹਨਾਂ ਦੀ ਬੜੀ ਧੰਨਵਾਦੀ ਹਾਂ। ਅਤੇ ਅੱਜ ਇਸ ਸਲੰਮ ਏਰੀਆ ਦੇ ਵਿੱਚ ਸਾਡੇ ਟੋਟਲ 13,900 ਪਲੱਸ ਸ਼ੂਜ਼ ਜਿਹੜੇ ਆ ਉਹ ਕੰਪਲੀਟ ਹੋ ਜਾਣਗੇ। ਅਤੇ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਆਪਣੇ ਅਗਲੇ ਪੜਾਅ ਵੱਲ ਜਿਹੜਾ ਅਸੀਂ ਵੱਧ ਰਹੇ ਹਾਂ, ਅਸੀਂ
14,000 ਪਲੱਸ ਸ਼ੂਜ਼ ਬਹੁਤ ਜਲਦੀ ਹੀ ਤੁਹਾਡੇ ਸਹਿਯੋਗ ਨਾਲ ਜਿਹੜੇ ਉਹ ਅਸੀਂ ਕਰਾਂਗੇ। ਅੱਜ ਅਸੀਂ ਆਪਣੇ 271 ਕੈਂਪੇਨਸ ਜਿਹੜੇ ਆ ਉਹ ਕੰਪਲੀਟ ਕੀਤੇ ਨੇ ਅਤੇ ਬਹੁਤ ਹੀ ਮੈਨੂੰ ਅੱਛਾ ਲੱਗ ਰਿਹਾ ਕਿ ਹੌਲੀ ਹੌਲੀ ਜਿਹੜਾ ਉਹ ਅਸੀਂ ਆਪਣਾ ਇੱਕ ਟੀਚਾ ਜਿਹੜਾ ਉਹ ਮਿੱਥਿਆ, ਜਿਵੇਂ ਤੁਸੀਂ 10,000 ਸ਼ੂਜ਼ ਕੰਪਲੀਟ ਕਰਵਾਏ 2 ਸਾਲਾਂ ਦੇ ਵਿੱਚ, ਉਵੇਂ ਹੀ 50,000 ਸ਼ੂਜ਼ ਜਿਹੜੇ ਆ ਉਹ ਸਾਡੀ ਕੋਸ਼ਿਸ਼ ਆ ਕਿ ਅਸੀਂ 4-5 ਸਾਲਾਂ 'ਚ ਕੰਪਲੀਟ ਕਰ ਲਈਏ। ਅਤੇ ਪਰ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਅਤੇ ਹਰ ਵੀਡੀਓ 'ਚ ਇਹ ਮੇਰੀ ਰਿਕੁਐਸਟ ਹੁੰਦੀ ਆ, ਮੇਰੀ ਹਰ ਵੀਡੀਓ ਸੇਮ ਹੁੰਦੀ ਆ ਕਿਉਂਕਿ ਸਾਡੀ ਜਿਹੜੀ ਰਿਕੁਆਇਰਮੈਂਟ ਆ ਉਹੀ ਸੇਮ ਆ। ਸੋ ਅੱਜ ਫਿਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਸ਼ਾਮੀ 6:30 ਅਸੀਂ ਡੇਲੀ ਪੋਸਟ ਪਾਉਂਦੇ ਹਾਂ ਕਿਹੜੇ ਸਕੂਲਾਂ ਦੇ ਕੈਂਪੇਨ ਜਿਹੜੇ ਆ ਸਪੋਂਸਰ ਹੋਣ ਵਾਲੇ ਨੇ, ਅਤੇ ਤੁਸੀਂ ਪਲੀਜ਼ ਕੋਸ਼ਿਸ਼ ਕਰੋ ਸਾਨੂੰ ਸ਼ਾਮ ਦੀ ਲਿਸਟ ਵਿੱਚੋਂ ਦੇਖ ਕੇ ਸਾਡੇ ਕੈਂਪੇਨ ਸਪੋਂਸਰ ਕਰੋ, ਕਿਉਂਕਿ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਅਤੇ ਤੁਸੀਂ ਕਿਸੇ ਵੀ ਸਕੂਲ ਨੂੰ ਪਾਰਸ਼ੀਅਲ ਵੀ ਸਪੋਂਸਰ ਕਰ ਸਕਦੇ ਹੋ, ਜਦੋਂ ਤੁਸੀਂ ਪਾਰਸ਼ੀਅਲ ਸਪੋਂਸਰ ਕਰ ਦਿੰਦੇ ਹੋ, ਜਿਵੇਂ ਕਿਸੇ ਸਕੂਲ ਦਾ 50,000 ਖਰਚਾ, ਜੇ ਤੁਸੀਂ 10,000 ਸਪੋਂਸਰ ਕਰ ਦਿੰਦੇ ਹੋ ਤਾਂ ਅਸੀਂ ਅਗਲੇ ਦਿਨ ਉਹਦੀ ਅਮਾਊਂਟ ਜਿਹੜੀ ਆ 40,000 ਕਰ ਦਿੰਦੇ ਹਾਂ। ਅਤੇ ਸਾਡੀ ਕੋਸ਼ਿਸ਼ ਹੁੰਦੀ ਕਿ ਨੰਬਰ ਆਫ ਡੋਨਰਸ ਜਿਹੜੇ ਆ ਉਹ ਇਕੱਠੇ ਹੋ ਕੇ ਇੱਕ ਸ਼ੂ ਗਿਵਿੰਗ ਕੈਂਪੇਨ ਜਿਹੜਾ ਉਹ ਸਾਡਾ ਕੰਪਲੀਟ ਕਰਵਾ ਦੇਣ। ਸੋ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਜੇ ਤੁਸੀਂ ਸੌਕਸ ਭੇਜ ਸਕਦੇ ਹੋ ਜ਼ਰੂਰ ਸਾਨੂੰ ਤੁਸੀਂ ਸੌਕਸ ਭੇਜੋ, ਜੇ ਤੁਸੀਂ ਸਾਨੂੰ ਸ਼ੂਜ਼ ਭੇਜ ਸਕਦੇ ਹੋ ਤਾਂ ਜ਼ਰੂਰ ਸਾਨੂੰ ਸ਼ੂਜ਼ ਭੇਜੋ, ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਕਿ ਸਾਡੇ ਕੋਲ ਡੋਨਰ ਨਹੀਂ ਹੁੰਦਾ ਅਤੇ ਸਾਡੇ ਕੈਂਪੇਨ ਜਿਹੜੇ ਆ ਉਹ ਡਿਲੇਅ ਹੋ ਜਾਂਦੇ ਨੇ। ਅਤੇ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਲਗਾਤਾਰ ਜਿਹੜੇ ਆ ਉਹ ਸਾਡੇ ਕੈਂਪੇਨਸ ਜਿਹੜੇ ਆ ਹੁੰਦੇ ਰਹਿਣ। ਬਾਕੀ ਮੈਂ ਆਪਣੇ ਸਾਰੇ ਹੀ ਡੋਨਰਸ ਦੀ, ਵਾਲੰਟੀਅਰਸ ਦੀ ਬੜੀ ਸ਼ੁਕਰਗੁਜ਼ਾਰ ਹਾਂ। ਮੈਂ ਆਪਣੀ ਟੀਮ ਦੀ, ਆਪਣੀ NGO ਦੇ ਰੱਖੇ ਹੋਏ ਇੰਪਲੋਈਜ਼ ਦੀ ਵੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਕਿ ਫੰਡ ਰੇਜ਼ਿੰਗ ਇਵੈਂਟ ਟਾਈਮ ਟੂ ਟਾਈਮ ਕਰ ਰਹੇ ਨੇ, ਜਿਹਦੇ ਨਾਲ ਅਸੀਂ NGO ਨੂੰ ਹੋਰ ਸਮੂਥਲੀ ਅਸੀਂ ਕੰਮ ਕਰ ਪਾ ਰਹੇ ਹਾਂ। ਅਤੇ ਬਹੁਤ ਹੀ ਜ਼ਿਆਦਾ ਮਨ ਨੂੰ ਸਕੂਨ ਮਿਲਿਆ ਕਿ ਅਸੀਂ ਅੱਜ ਸਲੰਮ ਏਰੀਆ ਦੇ ਵਿੱਚ ਸ਼ੂਜ਼ ਦੇ ਸਕੇ ਹਾਂ। ਅਸੀਂ ਇੱਕ ਔਰਗਨਾਈਜ਼ਡ ਸਲੰਮ ਏਰੀਆ ਦੇ ਵਿੱਚ, ਜਿੱਥੇ ਕਿ ਔਰਗਨਾਈਜ਼ ਕੀਤੇ ਗਏ ਨੇ ਬੱਚੇ ਤਰੀਕੇ ਨਾਲ, ਜਿਹੜਾ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਪੜ੍ਹਾਉਂਦੀਆਂ ਨੇ ਟੀਚਰਸ, ਸੋ ਆਪਣੇ ਆਪ 'ਚ ਹੀ ਰੋਜ਼ ਰੱਬ ਵੇਖਦੇ ਨੇ ਉਹ। ਅਤੇ ਮੇਰੀ ਸਿਰਫ ਇਹੀ ਦੁਆ ਹੈ ਕਿ ਸਾਰੇ ਬੱਚਿਆਂ ਦੀਆਂ ਦੁਆਵਾਂ ਜਿਹੜੀਆਂ ਤੁਹਾਨੂੰ ਲੱਗਣ, ਅਤੇ ਇੱਥੇ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਨੇ ਅੱਜ ਪਹਿਲੀ ਵਾਰੀ ਬੂਟ ਪਾਇਆ ਹੋਏਗਾ। ਸੋ ਸਾਨੂੰ ਆਪਣੇ ਘਰ ਬੈਠ ਕੇ, ਸਾਨੂੰ ਆਪਣੇ ਆਫਿਸਿਸ 'ਚ ਬੈਠ ਕੇ, ਸਾਨੂੰ ਆਪਣੀ ਜਗ੍ਹਾ 'ਤੇ ਬੈਠ ਕੇ ਇੱਦਾਂ ਲੱਗਦਾ ਕਿ ਹਰ ਦੁਨੀਆ ਦੇ ਬੱਚੇ ਕੋਲ ਬੂਟ ਆ, ਪਰ ਇੱਦਾਂ ਨਹੀਂ ਆ। ਜਦੋਂ ਅਸੀਂ ਬੱਚਿਆਂ ਨੂੰ ਸਲੰਮ ਏਰੀਆ 'ਚ ਸ਼ੂਜ਼ ਦਿੰਦੇ ਹਾਂ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸ਼ੂਜ਼ ਦਿੰਦੇ ਹਾਂ ਜਿਹੜੇ ਕਿ ਬਾਰਡਰ ਏਰੀਆ ਸਕੂਲ ਆ ਜਾਂ ਬੜੇ ਨੀਡੀ ਸਕੂਲ ਆ, ਅਤੇ ਸੱਚੀ ਆਪਣਾ ਤੁਸੀਂ ਐਕਸਪੀਰੀਅੰਸ ਆ ਕੇ ਕਰਕੇ ਵੇਖੋ ਕਿ ਬੱਚਿਆਂ ਦੀ ਚਾਲ ਹੀ ਚੇਂਜ ਹੋ ਜਾਂਦੀ ਆ, ਬੱਚਿਆਂ ਦਾ ਤੁਰਨ ਦਾ ਸਟਾਈਲ ਚੇਂਜ ਹੋ ਜਾਂਦਾ, ਕਿਉਂਕਿ ਬੱਚੇ ਨੇ ਵਾਕਈ ਜ਼ਿੰਦਗੀ 'ਚ ਪਹਿਲੀ ਵਾਰੀ ਸ਼ੂਜ਼ ਜਿਹੜਾ ਉਹ ਪਾਇਆ ਹੁੰਦਾ। ਅਤੇ ਸਾਡੀ ਕੋਸ਼ਿਸ਼ ਆ ਕਿ ਅਸੀਂ ਗਰਮੀਆਂ ਦੇ ਵਿੱਚ ਹੋਰ ਬਿਹਤਰ ਕੰਮ ਕਰੀਏ, ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੂ ਦਈਏ ਤਾਂ ਕਿ ਸਰਦੀਆਂ ਦੇ ਵਿੱਚ ਬੱਚਿਆਂ ਕੋਲ ਸ਼ੂਜ਼ ਹੋਣ। ਤੁਹਾਡੇ ਸਾਰਿਆਂ ਦੇ ਸਾਥ ਦੀ ਜਿਹੜੀ ਆ ਹਮੇਸ਼ਾ ਹੀ, ਮੈਨੂੰ ਹੀ ਨਹੀਂ ਹਰ ਸੰਸਥਾ ਨੂੰ ਬੜੀ ਜ਼ਰੂਰਤ ਆ, ਅਤੇ ਤੁਸੀਂ ਮਲਟੀਪਲ ਸੰਸਥਾਵਾਂ ਨੂੰ ਜਿਹੜਾ ਆਪਣਾ ਸਹਿਯੋਗ ਜਿਹੜਾ ਹਮੇਸ਼ਾ ਕਰਦੇ ਰਹੋ। ਅਤੇ ਜੋ ਵੀ ਤੁਹਾਨੂੰ ਤੁਹਾਡੀ ਕੋਈ ਫੀਡਬੈਕ ਆ ਤੁਸੀਂ ਹਮੇਸ਼ਾ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਤੇ ਤੁਹਾਡੇ ਇੰਨੇ ਜ਼ਿਆਦਾ ਪਿਆਰ ਲਈ, ਇੰਨੇ ਜ਼ਿਆਦਾ ਸਤਿਕਾਰ ਲਈ ਬਹੁਤ ਬਹੁਤ ਦੁਆਵਾਂ। ਹਰ ਇੱਕ ਦੁਆ ਜਿਹੜੀ ਬੱਚੇ ਦੇ ਰਹੇ ਨੇ ਇਸ ਵਕਤ ਜਾਂ ਰੋਜ਼ ਦਿੰਦੇ ਨੇ, ਮੇਰੀ ਬਸ ਇਹੀ ਕਾਮਨਾ ਹੈ ਕਿ ਉਹ ਸਾਰੀਆਂ ਦੁਆਵਾਂ ਜਿਹੜੀਆਂ ਤੁਹਾਨੂੰ ਲੱਗਣ, ਜਿਹੜੇ ਕਿ ਸਾਨੂੰ ਇਨਕਰੇਜ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਹੀ। ਅਤੇ ਬਹੁਤ ਅੱਛਾ ਲੱਗਦਾ ਹੈ ਜਦੋਂ ਅਸੀਂ ਲੁਧਿਆਣਾ ਆਉਂਦੇ ਹਾਂ, ਕਿਉਂਕਿ ਇੱਥੋਂ ਬਹੁਤ ਜ਼ਿਆਦਾ ਵਾਲੰਟੀਅਰ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਨਾਲ ਜਿਹੜੇ ਆ ਮੌਜੂਦ ਹੁੰਦੇ ਨੇ, ਕੈਂਪੇਨ 'ਚ ਪਾਰਟੀਸਪੇਟ ਕਰਦੇ ਨੇ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ। ਮਨਦੀਪ ਕੌਰ ਸਿੱਧੂ।